ਪਚਵੰਜਾ ਲਾਖ ਹਰ ਮੁਸਲਮਾਨ ਦਾ ਖੈਰ ਫਰਮਾ। ਜੇ ਮਦੀਨੇ ਪਾਕ ਦਾ ਲਾਕਡਾਊਨ ਸੀ, ਬਿਲਕੁਲ ਇੱਕ ਮਹੱਲੇ ਕਰੇ ਦੂਜੇ ਮਹੱਲੇ ਤੱਕ ਬੰਦਾ ਦੂਜੇ ਮਹੱਲੇ ਨਹੀਂ ਭੇਜ ਸਕਦਾ। ਬਸ ਹੁਣ ਆਪਣੇ ਮਹੱਲੇ ਦੇ ਵਿਚ ਜਿੱਥਾ ਵਧੇ ਹੋ ਹੁਣ ਮਹੱਲੇ ਦੇ ਵਿਚ ਵੀ ਦੁਕਾਨ ਏ, ਸਬਜ਼ੀ ਮੰਡੀ ਦੀ, ਹਸਪਤਾਲ ਏ, ਹੁਣ ਆਪਣੇ ਮਹੱਲੇ ਦੇ ਵਿਚ ਬਸ ਇੱਕ ਮਹੱਲੇ ਕਰੇ ਦੂਜੇ ਮਹੱਲੇ ਤੱਕ ਨਹੀਂ ਬਣ ਸਕੀਦਾ। ਤੇ ਮਦੀਨੇ ਪਾਕ ਦਾ ਮਸਜਿਦ ਕੁਬਾ ਰੋਡ ਏ, ਸਾਹਮਣੇ ਹਰਾਮੇ। ਅੱਲਾਹ ਤਾਲਾ ਹਰ ਮੁਸਲਮਾਨ ਦੇ ਗੁਨਾਹ ਮਾਫ ਕਰੇ। ਜੁਮੇ ਦਾ ਨਹੀਂ ਏ ਦੌਰਾਨ, ਜੁਮੇ ਵਾਲੇ ਦੀ ਇਤਨਾ ਰੌਣਕ ਹੋਦੀ ਏ ਰੋਡ ਦੇ ਉੱਤੇ, ਇਤਨਾ ਰੌਣਕ ਹੋਦੀ ਏ ਜਾਂਦੀ ਕੋਈ ਇੰਤਹਾ ਕਹਿ ਨੀ। ਲੇਕਿਨ ਅੱਲਾਹ ਤਾਲਾ ਮਾਫ ਕਰੇ, ਸਿਰਫ ਟਰਾਲਾ ਏ ਜਾਂ ਸਾਰੇ ਜਿਵੇਂ ਛੋਟੇ ਡੈਨੇ ਹਨ, ਸਾਰੇ ਹਰ ਕੱਟ ਦੇ ਵਿਚ ਛੁਰਤੇ ਦੀ ਗਾੜੀ ਖੜੀ ਏ, ਹਰ ਕੱਟ ਦੇ ਵਿਚ, ਹਰ ਕੱਟ ਦੇ ਵਿਚ ਛੁਰਤੇ ਦੀ ਗਾੜੀ ਖੜੀ ਏ। ਇੱਕ ਬੇਕ ਦੇ ਮਹੱਲੇ ਚ ਨਹੀਂ ਪਿਆਣ ਦੇ ਬੈਗ, ਸਾਹਮਣੇ ਮਸਜਿਦ ਕੁਬਾ ਏ, ਕਿਤਨਾ ਰੌਣਕ ਹੋ ਜੇ ਜੁਮੇ ਵਾਲੇ ਜਾਣੇ ਦੀ ਮਸਜਿਦ ਦੇ ਵਿਚ। ਅੱਲਾਹ ਅਕਬਰ, ਅੱਲਾਹ ਅਕਬਰ, ਇਹ ਟਾਈਮ ਤੱਕ ਮਸਜਿਦ ਕੁਬਾ ਦੇ ਜਿਹੜੇ ਨਜ਼ਾਰੇ ਹਨ, ਫੁੱਲ ਸੰਸਾਨ ਨਜ਼ਾਰੇ ਹਨ, ਬਿਲਕੁਲ ਸੰਸਾਨ ਨਜ਼ਾਰੇ ਹਨ। ਕੋਈ ਐਮਰਜੈਂਸੀ ਵਾਲਾ ਹੈ ਤੇ ਵਰਨਾ ਪੂਰਾ ਲਾਕਡਾਊਨ, ਪੂਰਾ ਲਾਕਡਾਊਨ, ਪੂਰਾ ਦਾ ਪੂਰਾ ਲਾਕਡਾਊਨ। ਜਿੱਦਾਂ ਜਿਹੜੀ ਸ਼ਾਇ ਖੜਦੀ ਹੈ, ਜਿਹੜੀ ਸ਼ਾਇ ਖੜ ਗਈ ਹੈ। ਸੋਹਣੀ ਪਿਆਰੀ ਮਸਜਿਦ ਕੁਬਾ ਆਏ ਸੀ, ਚੜੀਆ ਦੀ ਛੱਤ ਆਈ ਸ਼ਤੀਰਨ ਖਜੂਰ ਦੇ ਸਾਹਮਣੇ, ਡੇਰੇ ਪਿਓ ਮਸਜਿਦ ਕੁਬਾ ਏ, ਸੱਜੇ ਪਾਸੇ ਹਰਾਮ ਪੇ ਰੋਡ। ਅੱਲਾਹ ਤਾਲਾ ਹਰ ਮੁਸਲਮਾਨ ਕੋ ਆਪਣੇ ਸਮਾਨ ਰੱਖੇ, ਬਿਲਕੁਲ। ਇਹ ਦੇਖੋ ਪਾਕਿਸਤਾਨ ਵਾਲੇ ਮਾਰਕਾ ਬਿਲਕੁਲ ਹੀ ਗਾਲ ਕੋ ਮਜ਼ਾਕ ਸਮਝੀ ਪੈਰ, ਬਿਲਕੁਲ ਮਜ਼ਾਕ ਸਮਝੀ ਪੈਰ, ਜ਼ਰੀ ਅਹਿਸਾਸ ਨਹੀਂ ਕਰਦੇ ਪਏ। ਸਾਊਦੀ ਅਰਬ ਵਾਲੇ ਸਿਰਫ ਗੁੱਡ ਟਰਾਂਸਪੋਰਟ ਚਲਾਉਣ ਦੇ ਪੈਰ, ਜਿਹੜੀ ਜਿਹੜੀ ਲੋਡਰ ਗਾੜੀ ਹੈ, ਲੋਡਰ ਗਾੜੀ ਨਾ ਰੁਕੇ, ਮੇਰੇ ਸਾਹਿਬ ਦਰਾਮਦ ਬਰਾਮਦ ਨਾ ਫਿਰ ਰੁਕੇ, ਬਸ ਬੰਦਾ ਸਭ ਸ਼ਹਿ ਬੰਦ ਹੈ। ਜਿਵੇਂ ਜਿੱਦੇ ਦੇ ਵਿਚ ਉਹ ਹਾਲ ਹੈ, ਮੱਕੇ ਦੇ ਵਿਚ ਉਹ ਹਾਲ ਹੈ, ਰਿਆਦ ਦੇ ਵਿਚ ਉਹ ਹਾਲ ਹੈ, ਏਡੇ ਕਿਨੋ, ਬਿਲਕੁਲ ਏਡੇ ਕੋ, ਬਿਲਕੁਲ ਸਿਰਫ ਟਰਾਲਾ ਹੈ ਬਸ, ਬਾਕੀ ਕੋਈ ਚੀਜ਼ ਨਹੀਂ, ਸਿਰਫ ਇਹ ਟਾਈਮ ਹੋਟਲ।